ਸਤਿ ਸ਼੍ਰੀ ਅਕਾਲ ਦੋਸਤੋ, ਬੂੰਦੇ ਦੀ ਪੋਡਕਾਸਟ ਸਰਵੇ ਸੁਣ ਰਹੇ ਹੋ ਤੁਸੀਂ ਅਤੇ ਤੁਹਾਡੇ ਨਾਲ ਮੈਂ ਹਾਂ ਤੁਹਾਡੀ ਦੋਸਤ ਜਸਲੀਨ ਕੌਰ। ਦੋਸਤੋ, ਭਾਦੋ ਮਹੀਨਾ ਚੜ੍ਹਦਿਆਂ ਹੀ ਤਿਉਹਾਰਾਂ ਅਤੇ ਮੇਲਿਆਂ ਦੀ ਸ਼ੁਰੂਆਤ ਹੋ ਜਾਂਦੀ ਹੈ। ਭਾਰਤ ਦੀਆਂ ਅਲੱਗ ਅਲੱਗ ਥਾਵਾਂ 'ਤੇ ਵੱਖੋ ਵੱਖਰੇ ਮੇਲੇ ਅਤੇ ਤਿਉਹਾਰ ਬੜੀ ਰੌਣਕ ਨਾਲ ਮਿਲ ਜੁਲ ਕੇ ਮਨਾਏ ਜਾਂਦੇ ਨੇ, ਜਿਹੜੇ ਕਿ ਲੋਕਾਂ ਦਾ ਆਪਸੀ ਭਾਈਚਾਰਾ ਬਣਾਈ ਰੱਖਦੇ ਨੇ। ਤਾਂ ਅੱਜ ਮੈਂ ਤੁਹਾਨੂੰ ਪੰਜਾਬ ਦੇ ਲੁਧਿਆਣੇ ਜ਼ਿਲ੍ਹੇ ਵਿੱਚ ਲੱਗਦੇ ਛਪਾਰ ਦੇ ਮੇਲੇ ਤੋਂ ਜਾਣੂ ਕਰਾਉਣ ਜਾ ਰਹੀ ਹਾਂ। ਦੋਸਤੋ, ਛਪਾਰ ਦਾ ਮੇਲਾ ਲੁਧਿਆਣੇ ਦੇ ਪਿੰਡ ਛਪਾਰ ਵਿੱਚ ਹਰ ਸਾਲ ਅਗਸਤ ਜਾਂ ਸਤੰਬਰ ਦੇ ਮਹੀਨੇ ਲੱਗਦਾ। ਇਹ ਮੇਲਾ ਗੁੱਗਾ ਪੀਰ ਦੀ ਯਾਦ ਵਿੱਚ ਹਰ ਸਾਲ ਲਗਾਇਆ ਜਾਂਦਾ। ਮੰਨਿਆ ਜਾਂਦਾ ਕਿ ਇਹ ਮੇਲਾ 150 ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਉਸ ਸਮੇਂ ਸ਼ਰਧਾਲੂਆਂ ਦੀ ਗਿਣਤੀ ਘੱਟ ਹੁੰਦੀ ਸੀ ਅਤੇ ਅੱਜ ਮੇਲੇ ਵਿੱਚ ਸ਼ਾਮਿਲ ਹੋਣ ਵਾਲਿਆਂ ਦੀ ਗਿਣਤੀ ਲੱਖਾਂ ਤੱਕ ਪਹੁੰਚ ਗਈ ਹੈ। ਹੁਣ ਅਸਲ ਵਿੱਚ ਛਪਾਰ ਦਾ ਮੇਲਾ ਮਨਾਇਆ ਕਿਉਂ ਜਾਂਦਾ? ਦੋਸਤੋ, ਛਪਾਰ ਦਾ ਮੇਲਾ ਗੁੱਗਾ ਜਾਹਰ ਪੀਰ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ। ਇੱਕ ਦੰਤ ਕਥਾ ਦੇ ਅਨੁਸਾਰ ਗੁੱਗਾ ਪੀਰ ਨੂੰ ਹਰ ਕਿਸਮ ਦੇ ਸੱਪਾਂ ਉੱਤੇ ਅਸਧਾਰਨ ਸ਼ਕਤੀਆਂ ਦਾ ਮਾਲਕ ਮੰਨਿਆ ਜਾਂਦਾ। ਇਸ ਲਈ ਸਾਰੀ ਸੰਗਤ ਪਿੰਡ ਛਪਾਰ ਵਿੱਚ ਬਣੇ ਪਵਿੱਤਰ ਸਥਾਨ ਗੁੱਗੇ ਦੀ ਮਾੜੀ 'ਤੇ ਮੱਥਾ ਟੇਕਦੇ ਨੇ ਅਤੇ ਹੋਰ ਜੀਵ ਜੰਤੂਆਂ ਤੋਂ ਬਚਾਅ ਲਈ ਆਸ਼ੀਰਵਾਦ ਵੀ ਲੈਂਦੇ ਨੇ। ਉਸ ਪਵਿੱਤਰ ਸਥਾਨ 'ਤੇ 7 ਵਾਰ ਮਿੱਟੀ ਕੱਢੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਉੱਥੇ ਮਿੱਟੀ ਕੱਢਣ ਨਾਲ ਗੁੱਗਾ ਪੀਰ ਦੀ ਬਖਸ਼ਿਸ਼ ਹੁੰਦੀ ਹੈ, ਜਿਸ ਕਾਰਨ ਲੋਕਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਸੱਪ ਨਾ ਡੰਗ ਸਕਦੇ ਨੇ ਅਤੇ ਨਾ ਹੀ ਨੇੜੇ ਆਉਂਦੇ ਨੇ। ਦੋਸਤੋ, ਹੁਣ ਗੱਲ ਕਰਦੇ ਹਾਂ ਜੀ ਛਪਾਰ ਦੇ ਮੇਲੇ ਦੀ, ਕਿ ਮੇਲਾ ਕਿਵੇਂ ਮਨਾਇਆ ਜਾਂਦਾ। ਮੇਲੇ ਦੀ ਸ਼ੁਰੂਆਤ ਗੁੱਗਾ ਪੀਰ ਦੇ ਸਥਾਨ 'ਤੇ ਮੱਥਾ ਟੇਕ ਕੇ ਕੀਤੀ ਜਾਂਦੀ ਹੈ। ਮੇਲੇ ਵਿੱਚ ਪਹੁੰਚਣ 'ਤੇ ਸਭ ਤੋਂ ਪਹਿਲਾਂ ਸ਼ਰਧਾਲੂ ਗੁੱਗਾ ਮਾੜੀ 'ਤੇ ਮੱਥਾ ਟੇਕਦੇ ਨੇ ਅਤੇ ਗੁੱਗਾ ਜੀ ਦਾ ਆਸ਼ੀਰਵਾਦ ਲੈਂਦੇ ਨੇ ਅਤੇ ਆਪਣੀ ਅਤੇ ਪਰਿਵਾਰ ਦੀ ਸੁੱਖ ਮੰਗਦੇ ਨੇ। ਕਿਹਾ ਜਾਂਦਾ ਹੈ ਕਿ ਗੁੱਗਾ ਪੀਰ ਦਾ ਮੁੱਖ ਸਥਾਨ ਬੀਕਾਨੇਰ ਦੇ ਇਲਾਕੇ ਵਿੱਚ ਨਿਸ਼ਚਿਤ ਹੈ, ਜਿੱਥੋਂ ਅਨੇਕਾਂ ਲੋਕਾਂ ਨੇ ਉਸ ਮਾੜੀ ਦੀ ਮਿੱਟੀ ਲਿਆ ਕੇ ਪੰਜਾਬ ਦੇ ਕਈ ਥਾਵਾਂ 'ਤੇ ਮਾੜੀਆਂ ਬਣਾਈਆਂ ਅਤੇ ਇੱਦਾਂ ਹੀ ਮਾੜੀ ਪੰਜਾਬ ਦੇ ਪਿੰਡ ਛਪਾਰ ਵਿੱਚ ਸਥਾਪਿਤ ਕੀਤੀ ਗਈ ਹੈ, ਜਿੱਥੇ ਕਿ ਇਹ ਮੇਲਾ ਲੱਗਦਾ। ਹੁਣ ਗੱਲ ਕਰਦੇ ਹਾਂ ਜੀ ਮੇਲੇ ਦੀ ਰੌਣਕ ਦੀ। ਪੂਰੇ ਪਿੰਡ ਨੂੰ ਰੰਗੀਨ ਸਜਾਵਟ ਨਾਲ ਸਜਾਇਆ ਜਾਂਦਾ ਅਤੇ ਪਿੰਡ ਦੀ ਰੌਣਕ ਦੇਖਣ ਲਾਇਕ ਹੁੰਦੀ ਹੈ। ਪਿੰਡ ਦੀਆਂ ਮੁਟਿਆਰਾਂ, ਸੱਜ ਵਿਆਈਆਂ ਨਾਰਾਂ ਅਤੇ ਕਈ ਬੁੱਢੜੀਆਂ ਠੇਰੀਆਂ ਵੀ ਜਦੋਂ ਬਣ ਠਣ ਕੇ ਮੇਲੇ ਜਾਂਦੀਆਂ ਨੇ ਤਾਂ ਪੰਜਾਬ ਦੀ ਘਰੇਲੂ ਸੁੰਦਰਤਾ ਉੱਭਰ ਕੇ ਆਉਂਦੀ ਹੈ। ਮੇਲੇ ਜਾਂਦੀਆਂ ਔਰਤਾਂ ਗੀਤ ਗਾਉਂਦੀਆਂ ਜਾਂਦੀਆਂ ਨੇ, ਜਿਵੇਂ ਕਿ ਪੱਲੇ ਮੇਰੇ ਛੱਲੀਆਂ ਮੈਂ ਗੁੱਗਾ ਮਨਾਵਣ ਚੱਲੀਆਂ, ਨੀ ਮੈਂ ਵਾਰੀ ਗੁੱਗਾ ਜੀ ਰੋਹੀ ਵਾਲਿਆ ਗੁੱਗਿਆ ਵੇ। ਮੇਲੇ ਵਿੱਚ ਹਰ ਉਮਰ ਦੇ ਲੋਕ ਸ਼ਾਮਿਲ ਹੁੰਦੇ ਨੇ ਅਤੇ ਸਾਰੇ ਹੀ ਖੇਡਾਂ, ਮੁਕਾਬਲੇ, ਸੰਗੀਤ, ਭੋਜਨ, ਮਨੋਰੰਜਨ ਦਾ ਪੂਰਾ ਆਨੰਦ ਲੈਂਦੇ ਨੇ। ਦੋਸਤੋ, ਇਹ ਮੇਲਾ ਪੰਜਾਬ ਦੀ ਪੇਂਡੂ ਵਿਰਾਸਤ ਨੂੰ ਦਰਸਾਉਂਦਾ ਅਤੇ ਪੰਜਾਬ ਦੀ ਪੰਜਾਬੀਅਤ ਨੂੰ ਵੀ। ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਅੱਜ ਦਾ ਇਹ ਐਪੀਸੋਡ ਜ਼ਰੂਰ ਪਸੰਦ ਆਇਆ ਹੋਵੇਗਾ। ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ ਸਾਡੀ ਈਮੇਲ ਆਈ ਡੀ ਨੋਟ ਕਰ ਲਓ ਜੀ। ਸਾਡੀ ਈਮੇਲ ਆਈ ਡੀ ਹੈ ਜੀ boondai.podcast@gmail.com। ਅਗਲੇ ਐਪੀਸੋਡ ਵਿੱਚ ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ।